ਦਮਦਮੀ ਟਕਸਾਲ ਨਾਲ ਸੰਬੰਧਿਤ ਪ੍ਰਿਤਪਾਲ ਸਿੰਘ ਉੱਪਰ ਜਾਨਲੇਵਾ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ, ਪਰ ਇਸ ਹਮਲੇ ਵਿੱਚ ਉਹਨਾਂ ਦਾ ਬਚਾਅ ਹੋ ਗਿਆ ਅਤੇ ਹਮਲੇ ਤੋਂ ਬਾਅਦ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਨਹੀਂ ਨਹੀਂ ਤੂੰ ਇੱਥੇ ਰਹਿ, ਜਾਣ ਦੇ ਅੰਕਲ ਨੂੰ ਜਾਣ ਦੇ। ਬਰਗਾੜੀ ਤੇ ਹਮਲਾ ਹੋਇਆ ਜੀ, ਹੁਣੇ ਹੁਣੇ ਬਰਗਾੜੀ ਵਿਖੇ ਪਾਸੋਂ ਫੋਨ ਆਇਆ ਉਹਨਾਂ ਦਾ ਭਾਈ ਮੋਦੀ ਕਰਤਪਾਲ ਇਸ ਵਕਤ ਵੀਰ ਸਾਡੇ ਕੋਲ ਹੀ ਆ, ਪਰ ਵਾਹਿਗੁਰੂ ਦੀ ਕਿਰਪਾ ਨਾਲ ਬਚਾਅ ਹੋ ਗਿਆ। ਦਾਤੇ ਵਾਲਿਆਂ ਨੇ ਵੀ ਪੁੱਛਿਆ ਹੈ ਹੋਰ ਕਿਹੜਾ ਫੋਨ ਆ ਸੀ ਜਿਹਦੇ ਤੇ ਛਾਕਾ ਲਿਖਾ ਦੇ। ਬਸ ਛਰਲੇ ਲੱਗੇ ਹੱਥ ਤੇ, ਛਰਲੇ ਜੇ ਲੱਗੇ ਸੀਗਾ। ਗੱਡੀ ਕਿੱਥੇ ਸੀਗੀ? ਗੱਡੀ ਤੇ ਸੀ ਕਰਤਵਾ ਲੋ, ਜਦੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਲਈ ਸਾਡੇ ਚੈਨਲ ਦੁਆਰਾ ਪ੍ਰਿਤਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਜੋ ਜਾਣਕਾਰੀ ਦਿੱਤੀ ਤੁਸੀਂ ਇਸ ਆਡੀਓ ਵਿੱਚ ਸੁਣ ਸਕਦੇ ਹੋ। ਜੀ ਭਾਈ ਪ੍ਰਿਤਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਅਸੀਂ ਜਿਹੜੀ ਇਹ ਘਟਨਾ ਵਾਪਰੀ ਆ ਸੋਸ਼ਲ ਮੀਡੀਆ ਤੇ ਤਾਂ ਇੱਕਦਮ ਤੁਹਾਨੂੰ ਪਤਾ ਪੂਰੀ ਦੁਨੀਆਂ ਦੇ ਵਿੱਚ ਫੈਲ ਗਈ ਆ। ਇਹਦਾ ਕਾਰਨ ਨਹੀਂ ਪਤਾ ਸਾਨੂੰ ਲੱਗਾ ਵੀ ਹੋਇਆ ਕੀ ਆ, ਤੁਸੀਂ ਥੋੜਾ ਇਹਦੇ ਬਾਰੇ ਐਕਸਪਲੇਨ ਕਰੋਗੇ ਵੀ ਕੀ ਗੱਲ ਕੀ ਹੋਈ ਹੈ? ਪਹਿਲਾਂ ਭਾਈ ਸਾਹਿਬ ਜੀ ਏਦਾਂ ਸੀਗਾ ਵੀ ਅੱਜ ਤੋਂ ਕਾਫੀ ਸਮਾਂ ਪਹਿਲਾਂ ਜਦੋਂ ਤੋਂ ਇੱਧਰ ਸੰਘਰਸ਼ ਵਾਲੇ ਪਾਸੇ ਨੂੰ ਤੁਰੇ ਆ ਜੀ, ਤੇ ਇੱਧਰੋਂ ਆਪਣਾ ਹਿੰਦੂ ਜਥੇਬੰਦੀਆਂ ਜਿਹੜੀਆਂ ਜੀ, ਹਾਂਜੀ, ਤੇ ਇਹਨਾਂ ਵੱਲੋਂ ਕਈ ਵਾਰੀ ਧਮਕੀਆਂ ਜਿਹੜੀਆਂ ਆਉਣੀਆਂ ਸੋਸ਼ਲ ਮੀਡੀਆ ਤੇ ਜਾਂ ਫੋਨਾਂ ਰਾਹੀਂ, ਹੈ ਨਾ ਜੀ, ਉਹ ਚੱਲਦਾ ਰਹਿੰਦਾ ਸੀਗਾ ਤੇ ਆਪਾਂ ਉਹਨੂੰ ਮਜ਼ਾਕ 'ਚ ਲੈ ਲੈਂਦੇ ਹਾਂ। ਚਲੋ ਇੰਨਾ ਕੁਛ ਨੀ ਕਰਨਾ ਨਾ, ਕਿਉਂਕਿ ਇਹਨਾਂ ਦੀ ਆਦਤ ਆ ਵੰਗਾਰ ਪਾ ਕੇ ਤੇ ਆਉਣਾ ਨੀ ਮੁੜ ਕੇ। ਉਦੋਂ ਬਾਅਦ ਜਿਹੜਾ ਹੁਣ ਬਿੱਟੂ ਦਾ ਕਤਲ ਹੋਇਆ ਜੀ, ਹਾਂਜੀ, ਜੇਲ੍ਹ 'ਚ, ਹਾਂਜੀ, ਤੇ ਉਹਦੇ ਤੇ ਕਵਿਤਾ ਪਾਈ ਸੀਗੀ ਕਿ ਤੇ ਉਦੋਂ ਬਾਅਦ ਇਹਨਾਂ ਦੇ ਪ੍ਰੇਮੀਆਂ ਦੇ ਵੀ ਆਉਣੇ ਸ਼ੁਰੂ ਹੋ ਗਏ ਫੋਨ, ਹੈ ਨਾ ਜੀ, ਠੀਕ ਹੈ, ਅਸੀਂ ਮਾਰ ਦਾਂਗੇ, ਫਸਾ ਦਾਂਗੇ, ਇੱਦਾਂ ਕਰ ਦਾਂਗੇ, ਹੈ ਨਾ, ਠੀਕ ਹੈ। ਤੇ ਆਪਾਂ ਇਹਨੂੰ ਵੀ ਸੀਰੀਅਸ ਨੀ ਲਿਆ, ਉਹਨਾਂ ਦੀਆਂ ਪਹਿਲਾਂ ਵਾਲੀਆਂ ਦੀ ਮੈਂ ਕੰਪਲੇਂਟਾਂ ਕਰਦਾ ਰਿਹਾ, ਕੋਈ ਕਾਰਵਾਈ ਨੀ ਹੁੰਦੀ ਸੀ, ਹੈ ਨਾ। ਅੱਛਾ, ਤੇ ਆਪਾਂ ਵੇਚ ਲਏ ਸੀਗੇ ਚਲੋ ਵੀ ਇਹਨਾਂ ਨੇ ਕੁਛ ਨੀ ਕਰਨਾ ਵਾ, ਵੀ ਹਵਾ 'ਚ ਤਲਵਾਰਾਂ ਮਾਰਨ ਵਾਲੇ ਕੁਛ ਨੀ, ਹੈ ਨਾ, ਠੀਕ ਹੈ। ਆਪਾਂ ਇੱਧਰੋਂ ਵੇਚ ਲਏ ਕਰਦੇ ਸੀ, ਪਰ ਅੱਜ ਅਚਾਨਕ ਹੀ ਮੈਂ ਬਰਗਾੜੀ ਗਿਆ ਸੀਗਾ ਜੀ ਆਪਣਾ ਸ਼ਹਿਰ ਬਾਜ਼ਾਰ 'ਚ, ਹੈ ਨਾ ਜੀ, ਠੀਕ ਹੈ। ਉੱਥੋਂ ਵਾਪਸ ਘਰ ਨੂੰ ਆਉਣ ਲੱਗਿਆ ਸੀਗਾ 9:30 ਦਾ ਕਰੀਬ ਸੀਗਾ ਜੀ, 9:30 ਰਾਤ ਦਾ ਟਾਈਮ ਸੀ, ਹਾਂਜੀ, 9:30 ਤੋਂ 9:40 ਦੇ ਆਸੇ ਪਾਸੇ, ਹੈ ਨਾ ਜੀ, ਠੀਕ ਹੈ। ਉੱਥੋਂ ਵਾਪਸ ਘਰ ਨੂੰ ਜਾਣ ਲੱਗੇ ਸੀ, ਰੋਡ ਕ੍ਰੋਸ ਕਰਨਾ ਸੀਗਾ ਜੀ, ਠੀਕ ਹੈ। ਤੇ ਰੋਡ ਕ੍ਰੋਸ ਕਰਨ ਲਈ ਮੈਂ ਗੱਡੀ ਹੌਲੀ ਕੀਤੀ ਸੀ, ਤੇ ਨਾਲ ਹੀ ਚੀਨਾ ਦੇ ਇੱਕ ਮੋਟਰਸਾਈਕਲ ਲਾ ਕੇ ਸਾਹਮਣੇ ਲਾਇਆ ਉਹਨਾਂ, ਤੇ ਇੱਕ ਮੁੰਡਾ ਉਤਰਿਆ ਵਿੱਚੋਂ, ਉਹਨੇ ਆਉਂਦੇ ਹੀ ਗੋਲੀ ਮਾਰੀ ਜੀ, ਠੀਕ ਹੈ। ਉਹਨੂੰ ਸ਼ਾਇਦ ਕੋਈ ਲਾਈਟ ਪੈਣ ਦੀ ਵਜ੍ਹਾ ਨਾਲ ਮੂਹਰੋਂ ਇਹ ਨਹੀਂ ਪਤਾ ਲੱਗਾ ਵੀ ਕੋਈ ਕਨੈਕਟਰ ਸੀਟ ਤੇ ਹੈਗਾ ਕਿ ਨਹੀਂ ਹੈਗਾ, ਉਹਨੇ ਕਨੈਕਟਰ ਸੀਟ ਤੇ ਗੋਲੀ ਮਾਰੀ ਪਹਿਲਾਂ, ਠੀਕ ਹੈ।
ਤੇ ਗੋਲੀ ਨਾਲ ਹੀ ਕੀ ਨਾਮ ਦਿੰਦੇ ਚੱਲਦੇ ਤੇ ਮੈਂ ਥੱਲੜੇ ਪਾਸੇ ਪੈ ਗਿਆ ਉੱਥੇ ਗੱਡੀ ਦੇ ਵਿੱਚ ਹੀ। ਠੀਕ ਹੈ। ਤੇ ਉਹਨੇ ਫੇਰ ਕੀ ਨਾਲ ਸਿੱਧੀ ਕਰਕੇ ਡਰਾਈਵਰ ਸੀਟ ਨੂੰ ਗੋਲੀ ਮਾਰੀ। ਠੀਕ ਹੈ। ਹਾਂਜੀ, ਉਦੋਂ ਬਾਅਦ ਜਦੋਂ ਮੈਂ ਬਾਹਰ ਨਿਕਲ ਕੇ ਦੇਖਿਆ ਤੇ ਉੱਥੇ ਹੈ ਨਹੀਂ ਸੀਗਾ ਕੁਛ ਵੀ। ਯਾਨੀ ਛੇਤੀ ਭੱਜ ਗਏ। ਹਾਂਜੀ। ਤੇ ਕੌਣ, ਜਿੱਦਾਂ ਤੁਸੀਂ ਜਦੋਂ ਉਹਨਾਂ ਨੂੰ ਤੁਸੀਂ ਦੇਖਿਆ ਹੋਊਗਾ ਚੰਗੀ ਤਰ੍ਹਾਂ ਮੋਟਰਸਾਈਕਲ ਤੇ ਕਿ ਕੌਣ ਸੀਗਾ ਉਹਨਾਂ ਦਾ? ਪਹਿਲਾਂ ਮੈਂ ਨੋਟ ਕੀਤੀ ਉੱਥੇ ਗੱਲ ਜਿਹੜੀ ਕੀ ਨਾਲ ਲੰਦੇ ਸੀਗੇ, ਇੱਕ ਦੇ ਹੈਲਮਟ ਪਾਇਆ ਸੀਗਾ ਜੀ। ਅੱਛਾ। ਤੇ ਦੋ ਮਗਰ ਬੈਠੇ ਸੀਗੇ ਮੁੰਡੇ, ਉਹਨਾਂ ਦੇ ਮੂੰਹੋਂ ਲਪੇਟੇ ਸੀਗੇ ਜੀ। ਅੱਛਾ, ਪਰਨੇ ਲਪੇਟੇ ਸੀ ਜਾਂ ਪੱਗਾਂ ਸੀ ਜਾਂ ਕੀ ਸੀ? ਨਹੀਂ, ਇੱਕ ਦੇ ਪਰਨੇ ਲਪੇਟੇ ਸੀ ਉਦਾਂ ਜੀ। ਅੱਛਾ। ਪਰ ਉਹ ਮੈਨੂੰ ਜਿੱਥੋਂ ਤੱਕ ਕਲੀਅਰ ਆ ਵੀ ਉਹ ਮੋਨੇ ਸੀਗੇ ਮੁੰਡੇ, ਕਿਉਂਕਿ ਇੱਕ ਦੇ ਵਿੱਚੋਂ ਕੇਸ ਦਿਸਦੇ ਸੀਗੇ। ਮੈਂ ਮੈਨੂੰ ਪਹਿਲਾਂ ਇੱਕ ਮੋਤੇ ਕਿਵੇਂ ਸ਼ੋਪ ਤੇ ਜਿਹਦੇ ਤੇ ਖੜਾ ਸੀਗਾ, ਮੈਨੂੰ ਮਾਤਾ ਨੇ ਆਖਿਆ ਵੀ ਤਿੰਨ ਮੁੰਡੇ ਆ ਜਿਹੜੇ ਲੰਘੇ ਇੱਥੋਂ ਮੂੰਹ ਲਪੇਟੇ ਆ, ਵੀ ਪਤਾ ਨੀ ਕਿਵੇਂ ਮੈਂ ਅਣਗੌਲ ਲਿਆ ਕਰਤਾ। ਮੈਂ ਕਿਹਾ ਚਲੋ ਕੋਈ ਨੀ ਹਨਾ। ਅੱਛਾ ਅੱਛਾ, ਪਹਿਲਾਂ ਜਾਣੀ ਉਹ ਪਹਿਲਾਂ ਵੀ ਤੁਹਾਡਾ ਪਿੱਛਾ ਕਰ ਰਹੇ ਸੀ? ਪਿੱਛਾ ਕਰ ਰਹੇ ਸੀ ਹਾਂਜੀ। ਹੁਣ ਮੈਂ ਥਾਣੇ ਚੋਂ ਹੁਣੇ ਹੀ ਆਇਆ ਹਜੇ ਜੀ। ਅੱਛਾ। ਤੇ ਉਹਨਾਂ ਸੀਸੀਟੀਵੀ ਕਢਵਾਈਆਂ ਫੋਟੋਜ਼ ਹਨਾ। ਠੀਕ ਹੈ। ਉਹਦੇ ਚ ਦੇਖਿਆ ਵੀ ਉਹ ਕਾਫੀ ਸਮੇਂ ਤੋਂ, ਮੈਂ ਦੋ ਤਿੰਨ ਪਿੰਡ ਚ ਗੇੜੇ ਲਾਏ ਸੀ, ਮੈਂ ਕਿਸੇ ਕਾਰਨ ਗਿਆ ਸੀਗਾ ਨਾ ਜੀ ਪਿੰਡ ਚ। ਅੱਛਾ ਅੱਛਾ। ਤੇ ਉਹ ਮੇਰੇ ਮਗਰ ਰਿਹਾ ਵਾ ਮੋਟਰਸਾਈਕਲ ਜੀ, ਮੈਂ ਧਿਆਨ ਨੀ ਦਿੱਤਾ। ਜਾਨੀ ਤੁਹਾਨੂੰ ਜਦੋਂ ਮਤਲਬ ਪੂਰੀ ਤੁਹਾਡੀ ਰੈਕੀ ਜਾਂ ਮਤਲਬ ਇਹ ਲਾ ਲਓ ਵੀ ਤੁਹਾਡਾ ਪਿੱਛਾ ਕਰ ਰਹੇ ਸੀ? ਪਿੱਛਾ ਕਰ ਰਹੇ ਸੀ ਹਾਂਜੀ। ਠੀਕ ਹੈ। ਤੇ ਜਿੱਦਾਂ ਹੁਣ ਤੁਸੀਂ ਬਰਗਾੜੀ ਖਾਸ ਰਹਿੰਦੇ ਆ ਜਾਂ ਤੁਹਾਡਾ ਇੱਥੇ ਜਿੱਥੇ ਮਤਲਬ ਨਗਰ ਆਪਣਾ ਬਰਗਾੜੀ ਹੈ ਜੀ। ਅੱਛਾ ਜੀ। ਤੇ ਰਹਿਸ਼ ਆ ਜਿਹੜੀ ਉਹ ਨਾਲ ਹੀ ਹੈ ਪਿੰਡ, 1-2 ਕਿਲੋਮੀਟਰ ਵਾੜ ਤੇ ਰਣ ਸਿੰਘ ਵਾਲਾ ਉੱਥੇ ਜੀ। ਅੱਛਾ। ਤੇ ਤੁਹਾਡਾ ਸੰਬੰਧ ਕਿਹੜੀ ਸੰਪਰਦਾ ਨਾਲ, ਕਿਹੜੀ ਸੰਸਥਾ ਦੇ ਨਾਲ ਹੈ? ਸੰਪਰਦਾਵਾਂ ਤਾਂ ਸਾਰੀਆਂ ਹੀ ਆਪਣੀਆਂ ਜੀ। ਫਿਲਹਾਲ ਆਪਾਂ ਦਮਦਮੀ ਟਕਸਾਲ ਦੇ ਨਾਲ ਆਣਾ ਜੀ। ਅੱਛਾ ਜੀ। ਤੇ ਉਦਾਂ ਆਪਣੀ ਜਥੇਬੰਦੀ ਚੱਲਦੀ ਹੈ ਜੀ, ਪ੍ਰਣਾਮ ਸ਼ਹੀਦਾਂ ਨੂੰ ਸੰਘਰਸ਼ ਕਮੇਟੀ ਜੀ। ਪ੍ਰਣਾਮ ਸ਼ਹੀਦਾਂ ਨੂੰ ਸੰਘਰਸ਼ ਕਮੇਟੀ। ਅੱਛਾ। ਜੋਗਾ ਸਿੰਘ ਖਾਲਿਸਤਾਨੀ ਵਾਲੀ ਜੀ। ਅੱਛਾ, ਜੋਗਾ ਸਿੰਘ ਖਾਲਿਸਤਾਨੀ ਵਾਲੀ ਇਹ ਕਮੇਟੀ ਹੈ। ਹਾਂਜੀ। ਠੀਕ ਹੈ। ਤੇ ਜਿੱਦਾਂ ਹੁਣ ਮਤਲਬ ਇਹ ਸਿੱਧੇ ਰੂਪ ਚ ਸਪਸ਼ਟ ਹੋ ਗਿਆ ਕਿ ਜਿਹੜਾ ਹਮਲਾ ਜਿਹੜਾ ਤੁਸੀਂ ਠਾਣੇ ਤੋਂ ਆਏ ਆ ਵੀ ਪ੍ਰੇਮੀਆਂ ਨੇ ਕਰਾਇਆ ਜਾਂ ਕੋਈ ਹੋਰ? ਘਟਨਾ ਹੋ ਜਾਂਦੀ ਆ, ਆਪਾਂ ਕਹਿ ਰਹੀਏ ਕਿੰਨੇ ਆ ਵੀ ਜਦੋਂ ਸਿੱਖਾਂ ਨਾਲ ਹੁੰਦੀ ਆ ਤਾਂ ਪੁਲਿਸ ਜਿਹੜੀ ਆ ਉਹ ਆਪਣੀ ਕਾਰਵਾਈ ਵੀ ਸਹੀ ਰੂਪ ਚ ਨਹੀਂ ਕਰਦੀ। ਤੁਹਾਨੂੰ ਕਿਦਾਂ ਲੱਗਾ ਵੀ ਜਿਹੜੀ ਪੁਲਿਸ ਹੋਏ ਪੁਲਿਸ ਨੇ ਅੱਜ ਕਰ? ਫਿਲਹਾਲ ਸਹੀ ਚੱਲ ਰਿਹਾ ਵਾ ਜੀ। ਹਾਂ। ਤੇ ਉਦੋਂ ਅੱਗੇ ਕੁਛ ਕਹਿ ਨਹੀਂ ਸਕਦੇ ਵੀ ਕਿੱਦਾਂ ਉਹਨਾਂ ਨੇ ਨਿਭਾਉਣੀ ਆ। ਅੱਜ ਦੀ ਡੇਟ ਤੇ ਜਿਹੜਾ ਉਹ ਸਹੀ ਕਰ ਰਹੇ ਆ, ਕਿਉਂਕਿ ਸਾਰੀਆਂ ਟੀਮਾਂ ਉਹਨਾਂ ਦੀਆਂ ਸੀਸੀਟੀਵੀ ਕੈਮਰੇ ਜਿਹੜੇ ਖੋਲ ਰਹੀਆਂ ਹਨ ਪਿੰਡ ਦੇ। ਤੁਸੀਂ ਕਾਰ ਦੇ ਵਿੱਚ ਇਕੱਲੇ ਹੀ ਸੀ ਜਾਂ ਤੁਹਾਡੇ ਨਾਲ ਕੋਈ ਹੋਰ? ਇਕੱਲੇ ਹੀ ਸੀ ਜੀ, ਇਕੱਲੇ ਹੀ ਸੀ ਜੀ। ਠੀਕ ਹੈ। ਤੇ ਹਮਲਾ ਹੋਣ ਤੋਂ ਬਾਅਦ ਜਦੋਂ ਮਤਲਬ ਤੁਸੀਂ ਫਿਰ ਉੱਥੇ ਖੜ ਗਏ, ਉਸ ਤੋਂ ਬਾਅਦ ਕੀ ਹੋਇਆ ਉੱਥੇ ਖੜੇ ਤੁਸੀਂ? ਉਸ ਤੋਂ ਬਾਅਦ ਮੈਂ ਨਾਲ ਹੀ ਸਿੰਘ ਨੂੰ ਫੋਨ ਕੀਤਾ ਜੀ। ਅੱਛਾ। ਆਪਣੇ ਉੱਥੇ ਪਿੱਛੇ ਹੀ ਕੀ ਨਾਲ ਇੱਕ ਦੁਕਾਨ ਸੀਗੀ, ਮੈਂ ਉਹਨੂੰ ਆਵਾਜ਼ ਮਾਰੀ ਪਹਿਲਾਂ ਸਿੰਘ ਨੂੰ ਜੀ। ਠੀਕ ਹੈ। ਤੇ ਉਹਨੇ ਆਪਣਾ ਨਾਲ ਦੇ ਸਿੰਘ ਨੂੰ ਫੋਨ ਲਾਇਆ ਤੇ ਮੈਂ ਘਰੇ ਫੋਨ ਲਾਇਆ, ਮੋਟਰਸਾਈਕਲ ਤੇ ਲੈ ਕੇ ਸਿੰਘ ਆਇਆ ਤੇ ਆਪਾਂ ਸਿੱਧਾ ਥਾਣੇ ਚ ਗਏ ਹਾਂ ਜੀ। ਠੀਕ। ਉੱਥੋਂ ਪੁਲਿਸ ਨਾਲ ਫਿਰ ਵਾਪਸ ਆਏ ਉੱਥੇ ਜਗ੍ਹਾ ਤੇ। ਅੱਛਾ। ਜਾਨੀ ਤੁਸੀਂ ਟੈਲੀਫੋਨ ਨਹੀਂ, ਥਾਣਾ ਲੱਗ ਗਈ ਸੀਗਾ, ਤੁਸੀਂ ਟੈਲੀਫੋਨ ਕੀਤਾ ਜਾਂ ਪੁਲਿਸ ਫੋਨ ਤੇ ਕੀਤੀ ਜਾਂ? ਨਹੀਂ, ਲੱਗ ਗਈ ਸੀਗਾ ਜੀ, ਬਿਲਕੁਲ ਲੱਗ ਗਈ ਸੀਗਾ, ਪਿੰਡ ਕੀ ਸੀਗਾ। ਅੱਛਾ ਅੱਛਾ ਅੱਛਾ। ਹਾਂਜੀ।
ਤੇ ਕੋਈ ਜਦੋਂ ਜਿਹੜੀ ਜਿੱਦਾਂ ਸੀਸੀਟੀਵੀ ਜਿਹੜੀਆਂ ਫੁਟੇਜ ਤੁਸੀਂ ਵੀ ਦੇਖੀਆਂ ਵੀ ਉਹ ਕਿੱਧਰ ਨੂੰ ਗਏ ਆ, ਜਾਂ ਕੋਈ ਮੋਟਰਸਾਈਕਲ ਦਾ ਨੰਬਰ ਜਾਂ ਕੋਈ ਤੁਹਾਨੂੰ ਕਲੂ ਜਿੱਦਾਂ ਮਿਲਿਆ ਹੋਵੇ ਜੇ ਜਿਹੜੀਆਂ ਤਾਂ? ਜਿਹੜੀਆਂ ਜਿਹੜੀਆਂ ਹੁਣ ਤੱਕ ਦੀਆਂ ਫੋਟੋਜ਼ ਦੇਖੀਆਂ ਜੀ, ਉਹਨਾਂ 'ਚ ਕੋਈ ਕਲੀਅਰ ਨਹੀਂ ਹੈਗਾ ਅੱਛਾ ਮੋਟਰਸਾਈਕਲ ਦੇ ਬੰਦੇ ਜਿਹੜੇ ਉਹ ਮਗਰ ਵਿਸਰੇ ਆ ਗੱਡੀ ਵੀ, ਪਰ ਏਦਾਂ ਨਹੀਂ ਗਾ, ਪਰ ਹਾਂ, ਉਹ ਮੇਰੀਆਂ ਪਹਿਲਾਂ ਦੀਆਂ ਵਾ, ਉਹਨੂੰ ਗੋਲੀ ਚੱਲਣ ਤੋਂ ਪਹਿਲਾਂ ਦੀਆਂ ਉਹ ਜੀ, ਪਰ ਉਹਦੇ 'ਚ ਉਹ ਤੋਂ ਨੰਬਰ ਬਾਅਦ ਵਾਲੀ ਜਿੱਦਾਂ ਦਾ ਹਾਂਜੀ ਮੋਟਰਸਾਈਕਲ ਨੰਬਰ ਦਾ ਕੁਛ ਨਹੀਂ ਆ ਰਿਹਾ ਜੀ, ਕੁਛ ਵੀ ਨਹੀਂ ਆ ਰਿਹਾ, ਕੁਛ ਨਾ ਨਹੀਂ ਆ ਰਿਹਾ? ਸ਼ਕਲ ਆ ਰਹੀ ਹੈ ਨਾ ਨੰਬਰ ਆ ਰਿਹਾ ਜੀ, ਅੱਛਾ, ਉਹਨਾਂ ਨੇ ਮੂੰਹ ਬਿਲਕੁਲ ਲਪੇਟੇ ਹੋਏ ਸੀਗੇ? ਬਿਲਕੁਲ ਜੀ, ਤੇ ਇੱਦਾਂ ਮੂੰਹ ਲਪੇਟ ਕੇ ਜਿੱਦਾਂ ਫਿਰ ਸਕਦੇ ਆ ਇੱਥੇ, ਜਿੱਦਾਂ ਜੇ ਕਿਤੇ ਵੀ ਕੋਈ ਜਿੱਦਾਂ ਕਹਿੰਦਾ ਨੀ ਵੀ ਕੋਈ ਵੀ ਕਾਹਦੇ ਮੂੰਹ ਲਪੇਟਿਆ ਹੋਇਆ? ਦੇਖੋ ਆਪਾਂ ਤਾਂ ਕਦੇ ਲਪੇਟਿਆ ਨੀ ਗਾ ਜੀ, ਨਾ ਕਦੇ ਕੋਈ ਇਹੋ ਜਿਹੇ ਚੱਕਰ ਚ ਪਏ ਹੈ ਨਾ, ਹਾਂਜੀ ਹਾਂਜੀ, ਵੀ ਕੋਈ ਮੁਸ਼ਕਲ ਆਵੇ, ਕੋਈ ਪੁੱਛੇ ਦੱਸੇ ਵੀ ਕਿਉਂ ਲਪੇਟਿਆ ਜਾਂ ਕਿੱਦਾਂ ਨਾ, ਹਾਂਜੀ ਹਾਂਜੀ ਹਾਂਜੀ, ਤੇ ਇਹ ਨੀ ਹੁਣ ਕੁਛ ਕਹਿ ਸਕਦੇ ਜੀ ਵੀ ਫਿਰ ਸਕਦੇ ਜਾਂ ਨਹੀਂ, ਪਰ ਉਹਨਾਂ ਦੇ ਲਪੇਟੇ ਗਏ ਸੀਗੇ ਜੀ। ਤੇ ਤੁਹਾਡੀ ਸੰਸਥਾ ਜਿਹੜੀ ਆ, ਜਾਂ ਜਿੱਦਾਂ ਤੁਸੀਂ ਦਮਦਮ ਟਕਸਾਲ ਜਿੱਦਾਂ ਅਜਨਾਲਾ ਜਿੱਥੇ ਨਾਲ ਸੰਬੰਧਿਤ ਦੱਸਿਆ, ਤੇ ਵੈਸੇ ਤੁਸੀਂ ਜੀ ਪਰਸਨਲੀ ਕੀ ਕਰਦੇ ਆ, ਕੀ ਤੁਹਾਡੀ ਜੌਬ ਆ, ਜਾਂ ਪ੍ਰਚਾਰ ਹੀ ਕਰਦੇ ਆ? ਪ੍ਰਚਾਰ ਹੀ ਕਰਦੇ ਆ ਜੀ। ਅੱਛਾ, ਪ੍ਰਚਾਰ ਹੀ ਕਰਦੇ ਆ, ਤੇ ਇਹ ਵੀ ਹੋ ਸਕਦਾ ਜੀ ਵੀ ਜਿਹੜਾ ਪ੍ਰਚਾਰ ਤੋਂ ਜਿਹੜਾ ਤੁਹਾਡਾ ਪ੍ਰਚਾਰ ਆ ਉਹਦੇ ਤੋਂ ਜਿਹੜੇ ਕੋਈ ਲੋਕ ਨਾ ਖੁਸ਼ ਹੋਣ ਤੁਹਾਡੇ ਨਾਲ, ਇਸ ਬਿਲਕੁਲ ਤਰ੍ਹਾਂ ਜੀ, ਮੈਨੂੰ ਇੱਦਾਂ ਦੀ ਵੀ ਮੈਨੂੰ ਕੋਈ ਗੱਲ ਕਰਨ ਲੱਗਦਾ ਜੀ। ਹੈਲੋ, ਵਾਹਿਗੁਰੂ। ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਜਿਹੜਾ ਤੁਹਾਡਾ ਪ੍ਰਚਾਰ ਆ, ਮੈਨੂੰ ਤੁਸੀਂ ਕਿਹੋ ਜਿਹਾ ਪ੍ਰਚਾਰ ਤੁਸੀਂ ਕੋਈ ਜਿੱਦਾਂ ਲੋਕਾਂ ਨੂੰ ਵੰਗਾਰਦੇ ਆ ਜਾਂ ਕੋਈ ਗਲਤ ਪ੍ਰਚਾਰ ਕਰਦੇ ਆ, ਕੀ ਕਿਉਂ ਤੁਹਾਡੇ ਪ੍ਰਚਾਰ ਨੂੰ ਪਸੰਦ ਨਹੀਂ ਕੀਤਾ ਜਾਂਦਾ ਜਾਂ ਕਾਹਦੇ ਲੱਗਦੇ ਤੁਹਾਡੇ? ਦੇਖੋ ਮੇਰਾ ਆਪਣਾ ਫਰਜ਼ ਬਣਦਾ ਜੀ ਸੱਚ ਬੋਲਣਾ ਨਾ, ਠੀਕ ਆ, ਤੇ ਸੱਚ ਏਦਾਂ ਵਾ, ਹੁਣ ਜੇ ਤਾਂ ਅਸਲ ਚ ਮੈਂ ਕਵਿਸ਼ਰੀ ਗਾਉਂਦਾ ਵਾ ਜੀ, ਅੱਛਾ ਜੀ, ਤੁਹਾਡਾ ਜਥਾ ਆ? ਕੱਲਾ ਹੀ ਜਿੱਦਾਂ ਕਿ ਨਹੀਂ ਜਥਾ ਨਹੀਂ ਗਾ ਮੇਰਾ ਜੀ, ਤੇ ਆਪਾਂ ਕੱਲਾ ਹੀ ਬੋਲ ਦੇਈ ਦਾ ਫੇਸਬੁੱਕ ਤੇ ਪਾ ਦੇਈ ਦਾ ਜਾਂ ਗਾ ਕੇ ਜੀ, ਅੱਛਾ, ਓਦਾਂ ਕੀ ਨਾਲ ਲੈਂਦੇ ਆ ਕਮਰਸ਼ਲੀ ਗੀਤ ਜਿਹੜੇ ਰਿਲੀਜ਼ ਕੀਤੇ ਗਏ ਯੂਟਿਊਬ ਤੇ ਨਾ ਜੀ। ਅੱਛਾ, ਤੁਹਾਡੇ ਮਤਲਬ ਤੁਸੀਂ ਸਟੇਜਾਂ ਤੇ ਜਾ ਕੇ ਗਾਉਂਦੇ ਵੀ ਆ ਕਵਿਸ਼ਰੀ? ਹਾਂਜੀ, ਅੱਛਾ, ਇੱਕ ਸਿੰਗਰ ਦੇ ਤੌਰ ਤੇ ਜਾਂ ਮੰਨ ਲਓ ਹਨਾ, ਹਾਂ ਠੀਕ ਹੈ, ਜਿਹੜੇ ਉਹ ਸ਼ਹੀਦ ਸਿੰਘਾਂ ਦੇ ਜਾਂ ਸੰਤ ਗਿਆਨ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਾ ਹੈ ਨਾ, ਤੇ ਉਹ ਇਸ ਚੀਜ਼ਾਂ ਨੂੰ ਲੈ ਕੇ ਹੁਣ ਆਹ ਬਿੱਟੂ ਵਾਲੀ ਜਿਹੜੀ ਉਹ ਮੈਂ ਕਵਿਤਾ ਹੀ ਪਾਈ ਸੀਗੀ ਜੀ। ਅੱਛਾ, ਉਦੋਂ ਪਹਿਲਾਂ ਜਿਹੜਾ ਸ਼ਿਵ ਸੈਨਾ ਵਾਲਿਆਂ ਦਾ ਚੱਕਰ ਪਿਆ ਵਾ, ਉਹ ਜਦੋਂ ਇੱਥੇ ਪਰਮੇਸ਼ਰ ਵਰਮਾ ਤੇ ਗੋਲੀ ਚੱਲੀ ਸੀ, ਉਦੋਂ ਇੱਕ ਗੁਰਦਾਸਪੁਰ ਦੇ ਬੰਦੇ ਨੇ ਵੀਡੀਓ ਪਾਈ ਸੀਗੀ ਨਾ ਸ਼ਿਵ ਸੈਨਾ ਦੇ ਕਿਸੇ ਦਿਨ, ਠੀਕ ਹੈ, ਉਹਨੇ ਆਖਿਆ ਸੀਗਾ ਸੰਤ ਗਿਆਨ ਜਰਨੈਲ ਸਿੰਘ ਜੀ ਨੂੰ, ਤੇ ਮਾੜਾ ਚੰਗਾ ਬੋਲਿਆ ਸੀਗਾ ਹੋਰ ਕੌਮੀ ਯੋਧਿਆਂ ਬਾਰੇ, ਹਵਾਰੇ ਬਾਰੇ ਤੇ ਹੋਰ ਪੰਜਾਂ ਬਾਰੇ ਜੀ, ਠੀਕ ਹੈ, ਤੇ ਉਹਨੂੰ ਆਖਿਆ ਸੀਗਾ ਵੀ ਭਾਈ ਵੀ ਇਹੋ ਜਿਹਾ ਕੁਛ ਨਹੀਂ ਹੈਗਾ ਨਾ, ਉਹਨੇ ਮਾਫ਼ੀ ਮੰਗੀ, ਮਾਫ਼ੀ ਮੰਗ ਕੇ ਨਾਲ ਹੀ ਅੱਧੇ ਘੰਟੇ ਬਾਅਦ ਵੀਡੀਓ ਪਾ ਦਿੱਤੀ ਉਹਨੇ ਜੀ ਆਪਣੀ ਵੀਡੀਓ ਪਾਉਣ ਤੋਂ ਬਾਅਦ। ਉਦੋਂ ਬਾਅਦ ਉਹਦੇ ਕੀ ਨਾਲ ਲੈਂਦੇ ਜਿਹੜੇ ਸਮਰਥਕ ਇਹਨਾਂ ਦੇ ਸ਼ਿਵ ਸੈਨਾ ਦੇ ਜਾਂ ਬਜਰੰਗ ਦਲ ਦੇ, ਉਹਨਾਂ ਦੇ ਫੋਨ ਆਉਂਦੇ ਰਹੇ ਮੈਨੂੰ ਜੀ, ਅੱਛਾ ਤੈਨੂੰ ਮਾਰ ਦਾਂਗੇ ਹਫ਼ਤੇ 'ਚ, ਚੱਕ ਕੇ ਲੈ ਜਾਂਗੇ, ਤੇਰਾ ਪਤਾ ਨਹੀਂ ਲੱਗਣਾ ਇੱਦਾਂ ਜਿੱਦਾਂ ਨਾ। ਅੱਛਾ ਅੱਛਾ ਹਾਂਜੀ, ਤੇ ਮਤਲਬ ਤੁਹਾਡੇ ਜਿੱਦਾਂ ਤੁਸੀਂ ਜਿਹੜੇ ਸ਼ਿਵ ਸੈਨਾ ਵਾਲੇ ਆ ਜਾਂ ਕੋਈ ਇਹੋ ਜਿਹੀਆਂ ਜਥੇਬੰਦੀਆਂ ਜਿਹੜੀਆਂ ਤੁਹਾਡੇ ਵਿਚਾਰਾਂ ਨਾਲ ਜਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਰਾਣੇ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਗੇ, ਉਹ ਜਦੋਂ ਕੋਈ ਚੀਜ਼ ਕਰਦੇ ਆ ਤਾਂ ਤੁਸੀਂ ਉਹਨਾਂ ਨੂੰ ਮਤਲਬ ਤੁਸੀਂ ਵੀ ਅੱਗਿਓਂ ਉਹਨਾਂ ਨੂੰ ਜਵਾਬ ਦਿੰਦੇ ਆ, ਇਹ ਕਾਰਨ ਹੋ ਸਕਦਾ? ਬਿਲਕੁਲ ਜੀ, ਬਿਲਕੁਲ ਜੀ, ਠੀਕ ਹੈ। ਤੇ ਹੁਣ ਗੱਲ ਆਉਂਦੀ ਹੈ ਬਈ ਜਿੱਦਾਂ ਹੁਣ ਰਾਤ ਵੀ ਕਾਫੀ ਹੋ ਗਈ ਆ, ਤੁਸੀਂ ਕਿਹਾ ਵੀ ਤੁਸੀਂ ਹੁਣੇ ਥਾਣੇ ਤੋਂ ਆਏ ਆ, ਤੇ ਅਗਲੀ ਕਾਰਵਾਈ ਕੀ ਹੋਊਗੀ ਹੁਣ, ਕੀ ਉਹਨਾਂ ਨੇ ਤੁਹਾਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨੇ ਕੀ ਤੁਹਾਨੂੰ ਭਰੋਸਾ ਦਵਾਇਆ?
ਭਰੋਸਾ ਤੇ ਇਹੀ ਦਵਾਇਆ ਬਈ ਉਹ ਸਾਰੇ ਲੱਗੇ ਗਏ ਜਾਂਚ ਕਰਨ ਤੇ ਇੱਕ ਵਾਰ ਵੀ ਅਸੀਂ ਬੰਦੇ ਫੜਨ ਦੀ ਕੋਸ਼ਿਸ਼ ਕਰਦੇ ਹਾਂ, ਪਰਚਾ ਕੱਟਤਾ ਵਾ ਜੀ ਅਣਟ ਛਾਤੀਆਂ ਤੇ, ਬਾਕੀ ਦੇਖੋ ਸਵੇਰੇ ਕੀ ਹੁੰਦਾ ਜੀ। ਤੁਸੀਂ ਇਹਦੇ 'ਚ ਕਾਨੂੰਨੀ ਜਿਹੜੀ ਕਾਰਵਾਈ ਆ ਉਹੀ ਚਾਹੁੰਦੇ ਆ ਜਾਂ ਤੁਸੀਂ ਆਪਣੇ ਆਪ ਵੀ, ਕਿਉਂਕਿ ਤੁਹਾਡੀ ਇੱਕ ਵੀਡੀਓ ਜਿਹੜੀ ਪਤਾ ਨਹੀਂ ਜਦੋਂ ਐਕਸੀਡੈਂਟਲੀ ਹੋਇਆ ਤੁਹਾਡੇ ਮੇਰੇ ਖਿਆਲ ਫੇਸਬੁੱਕ 'ਤੇ ਵੀ ਪਈ ਆ, ਉਦੋਂ ਕਾਫੀ ਤੁਸੀਂ ਉਹਦੇ 'ਤੇ ਜਿਹੜੇ ਕਮੈਂਟ ਵਗੈਰਾ ਕੀਤੇ ਆ ਬਈ ਸਾਹਮਣੇ ਆ ਕੇ ਟੱਕਰੋ ਇੱਦਾਂ ਕਰੋ, ਤਾਂ ਅਸੀਂ ਤੁਹਾਨੂੰ ਆਪ ਮਤਲਬ ਦੱਸਾਂਗੇ ਬਈ ਕੀ ਹੁੰਦਾ ਸਿੰਘ ਕੀ ਹੁੰਦੇ ਆ। ਇਹ ਤਾਂ ਫਿਰ ਗੁਰੂ ਸਾਹਿਬ ਹੀ ਜਾਣਦੇ ਹੁਣ ਜੀ ਕੀ ਸੇਵਾ ਲੈਣੀ ਆ ਮੈਂ। ਅੱਛਾ, ਨਹੀਂ ਮਤਲਬ ਜਿਹੜੇ ਇਹੋ ਜਿਹੇ ਕਮੈਂਟ ਕਰਨੇ ਤੁਸੀਂ ਉਹਨੂੰ ਜਾਇਜ਼ ਸਮਝਦੇ ਆ ਵੀ ਕਰਨੇ ਚਾਹੀਦੇ ਸੀ ਤੁਹਾਨੂੰ? ਨਹੀਂ ਮੇਰੇ ਵੱਲੋਂ, ਜਿਹੜਾ ਮੇਰੇ ਵੱਲੋਂ ਨਹੀਂ ਕੋਈ ਕੀਤਾ ਵਾ ਜੀ। ਅੱਛਾ ਨਹੀਂ, ਅੱਛਾ ਹੋਰ ਲੋਕਾਂ ਵੱਲੋਂ ਆ ਜਿਹੜੇ ਹੋਰ ਤੁਹਾਡੇ ਸੰਪਰਕੀ ਆ ਉਹਨਾਂ ਵੱਲੋਂ ਕੀਤੇ ਹੋਏ? ਜੀ ਮੇਰੇ ਵੱਲੋਂ ਫਿਲਹਾਲ ਕੋਈ ਨਹੀਂ ਗਾ। ਹਾਂਜੀ ਜੇ ਕਿਤੇ ਸਬੱਬੀ ਕੋਈ ਮੇਲਾ ਬਣਦਾ ਵਾ ਤੇ ਫਿਰ ਤਾਂ ਇੱਦਾਂ ਵਾ ਵੀ ਚਲੋ ਆਏ ਗਏ ਨੂੰ ਚਾਹ ਪਾਣੀ ਪਿਆਉਣਾ ਸਾਡਾ ਫਰਜ਼ ਹੈ ਜੀ। ਜਿੱਦਾਂ ਆਪਣੀ ਸੁਰੱਖਿਆ ਕਰਨੀ ਵੀ ਹਰ ਸਿੱਖ ਦਾ ਫਰਜ਼ ਆ। ਹਾਂਜੀ ਹਾਂਜੀ ਹਾਂਜੀ, ਮੇਰੇ ਵੱਲੋਂ ਫਿਲਹਾਲ ਦੀ ਘੜੀ ਕੋਈ ਕਮੈਂਟ ਨਹੀਂ ਗਾ, ਕੋਈ ਕੁਛ ਨਹੀਂ ਗਾ ਜੀ। ਤੇ ਪੁਲਿਸ ਨੇ ਹੁਣ ਤੁਹਾਨੂੰ ਕੀ ਕਿਹਾ? ਪੁਲਿਸ ਨੇ ਬਸ ਪਰਚਾ ਦਰਜ ਕੀਤਾ ਵਾ ਤੇ ਉਹ ਲੱਗੇ ਵੇ ਜਿਹੜੀ ਉਹਨੇ ਕੋਈ ਧਾਰਾ ਜਿਹੜੀ ਦਰਜ ਮਤਲਬ ਜਿਹੜੀ ਐਫ ਆਰ ਆਈ ਹੈ ਕੋਈ ਕੱਟੀ ਆ ਜਾਂ ਵੈਸੇ ਤੁਹਾਨੂੰ ਕਹਿਤਾ ਵੀ ਅਸੀਂ ਕੀ ਕਰ ਜੀ? ਐਫ ਆਈ ਆਰ ਕੱਟ ਦਿੱਤੀ ਹੈ ਤੇ ਉਹ ਸਵੇਰੇ ਕਾਪੀ ਮਿਲ ਜਾਣੀ ਹੈ ਵੀ 307 ਤੇ 554 ਸ਼ਾਇਦ ਹਾਂਜੀ ਇਹੋ ਜੀਆਂ ਧਾਰਾਂ ਲੱਗੀਆਂ ਜੀ। ਠੀਕ ਹੈ, ਤੇ ਅਸੀਂ ਕਿਉਂਕਿ ਆਵਾਜ਼ੇ ਕੌਮ ਟੀਵੀ ਵੱਲੋਂ ਵੈਸੇ ਵੀ ਪੰਜਾਬ ਦੇ ਵਿੱਚ ਕਾਫੀ ਪ੍ਰੋਗਰਾਮ ਅਸੀਂ ਕਰਦੇ ਹਾਂ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਵੈਸੇ ਤਾਂ ਘਟਨਾ ਦਾ ਪਤਾ ਲੱਗ ਗਿਆ, ਫਿਰ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਜਿੱਦਾਂ ਸਿੱਖ ਕੌਮ ਨੂੰ ਕੀ ਕਹਿਣਾ ਚਾਹੁੰਦੇ ਇਸ ਹਮਲੇ ਦੇ ਸੰਬੰਧ ਵਿੱਚ? ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਰੱਖਿਆ ਵਾ ਜੀ, ਸਾਰੀ ਸਿੱਖ ਕੌਮ ਦਾ ਧੰਨਵਾਦ ਹੈ ਨਾ। ਹਾਂਜੀ ਆਵਾਜ਼ੇ ਕੌਮ ਦਾ ਵੀ ਧੰਨਵਾਦ ਹੈ ਜੀ। ਠੀਕ ਜੀ ਮਹਾਰਾਜ, ਅੱਗੇ ਵੀ ਹੱਥ ਦੇ ਕੇ ਰੱਖਣਗੇ ਜੀ। ਤੇ ਅਸੀਂ ਆਪਣੇ ਵੱਲੋਂ ਵੀ ਇਹੀ ਕਹਾਂਗੇ ਕਿ ਕਿਉਂਕਿ ਜਿਹੜੀ ਚੀਜ਼ ਹੁੰਦੀ ਆ ਮੌਤ ਜਿਹੜੀ ਆ ਉਹ ਤੇ ਉੱਪਰ ਵਾਲੇ ਦੇ ਹੱਥ 'ਚ ਆ, ਫਿਰ ਵੀ ਇਹੋ ਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਤੇ ਤੁਸੀਂ ਵੀ ਆਪਣਾ ਜਿਹੜਾ ਕੌਮ ਦੀ ਸੇਵਾ ਆ ਮਤਲਬ ਆਪਣੇ ਤਰੀਕੇ ਦੇ ਨਾਲ ਕਾਨੂੰਨ ਦੇ ਵਿੱਚ ਰਹਿ ਕੇ ਹੀ ਕਰੋ ਤੇ ਇਹੀ ਸਭ ਤੋਂ ਵਧੀਆ ਤਰੀਕਾ ਹੈ। ਧੰਨਵਾਦ ਜੀ ਪ੍ਰਿਤਪਾਲ ਸਿੰਘ ਜੀ। ਹੋਰ ਕੋਈ ਮੈਂ ਕੋਈ ਗੱਲ ਨਾ ਪੁੱਛੀ ਹੋਵੇ, ਮੈਂ ਕੁਝ ਨਾ ਪੁੱਛਿਆ ਹੋਵੇ ਤੁਸੀਂ ਕਹਿਣਾ ਚਾਹੁੰਦੇ ਹੋਵੇ ਆਖਰ ਦੇ ਵਿੱਚ ਕਹਿ ਸਕਦੇ? ਚੜ੍ਹਦੀ ਕਲਾ ਜੀ, ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਊਰੋ ਰਿਪੋਰਟ, ਆਵਾਜ਼ੀ ਕੌਮ ਟੀਵੀ।